ਜਿਸ ਤਰ੍ਹਾਂ ਹੁਣ ਪੂਰਾ ਮਾਮਲਾ ਸਾਫ਼ ਹੋ ਚੁੱਕਿਆ, ਜਿਹੜਾ ਤੁਸੀਂ ਸ਼ੱਕ ਜਤਾ ਰਹੇ ਸੀ ਉਹੀ ਬਿਲਕੁਲ ਨਿਕਲਿਆ ਕਿ ਜਿਹੜਾ ਪਹਿਲਾ ਪਰਿਵਾਰ ਹੈ ਉਹਨਾਂ ਵੱਲੋਂ ਸਾਰਾ ਕੁਝ ਕੀਤਾ ਗਿਆ, ਤੇ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਹੁਣ ਸੰਤੁਸ਼ਟ ਹੋ? ਸੰਤੁਸ਼ਟ ਅਸੀਂ ਸੰਤੁਸ਼ਟ, ਪਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਜਿਸ ਤਰ੍ਹਾਂ ਸਾਡੇ ਮੁੰਡੇ ਨੂੰ ਇਹ ਮਾਰ ਕੇ ਸੁੱਟ ਗਏ ਨਾ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਖ਼ਤ ਤੋਂ ਸਖ਼ਤ। ਹਾਂ, ਇਹਨਾਂ ਨੂੰ ਸਜ਼ਾ ਮਿਲਣੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਪਹਿਲੀ ਸੱਸ ਆ ਸਹੁਰਾ, ਉਹਨਾਂ ਦਾ ਵੀ ਤੁਸੀਂ ਨਾਮ ਲਿਖਵਾਇਆ ਸੀ, ਤਾਂ ਸਹੁਰੇ ਨੂੰ ਅਰੈਸਟ ਕਰ ਲਿਆ, ਉਹਨਾਂ ਦੀ ਕਿੰਨੀ ਕੁ ਭੂਮਿਕਾ ਲੱਗਦੀ? ਉਹਨਾਂ ਦੀ ਭੂਮਿਕਾ, ਉਹਨਾਂ ਦੀ ਇਹ ਸਾਰੀ ਭੂਮਿਕਾ, ਭਾਵੇਂ ਬੱਚਾ ਬਾਹਰ ਘਰ ਵਿੱਚ ਕੋਈ ਗੱਲ ਹੁੰਦੀ, ਹੁਣ ਸਾਡੇ ਬੱਚੇ ਨੇ ਉਹ ਸਾਨੂੰ ਦੱਸਦੇ ਹੀ ਨਹੀਂ ਵੀ ਕੀ ਕੰਮ ਕਰਨਾ ਹੈ। ਮੁੰਡਿਆਂ ਨੇ ਬਾਹਰੋਂ ਕੀਤਾ, ਸਫਾਰੀ ਸਫੂਰੀ ਭੇਜੀ, ਉਹਨਾਂ ਨੂੰ ਪਤਾ ਹੀ ਹੈ। ਪਰ ਹੁਣ ਤੱਕ ਜਿਹੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ 25,000 ਰੁਪਈਆ ਸਿਰਫ ਇਹਨਾਂ ਨੂੰ ਦਿੱਤਾ, ਪੰਜੀ ਹਜ਼ਾਰ ਰੁਪਈਆ ਨਹੀਂ ਦਿੱਤਾ। ਹਾਂਜੀ, ਪਰ ਇੱਕ ਇਨਸਾਨ ਦੀ ਜਾਨ ਲੈ ਲੈਣਾ ਪੈਸੇ ਕਰਕੇ ਲੱਗੇ, ਉਹ ਤੇ ਸਾਡੇ ਦੁਸ਼ਮਣ ਨੇ, ਉਹਨਾਂ ਨੂੰ ਸਾਡੀ ਜਾਨ ਨਾਲ ਕੀ ਲੱਗੇ? ਤੁਸੀਂ ਕੱਲ ਵੀ ਇੱਕ ਆਡੀਓ ਰਿਕਾਰਡਿੰਗ ਸੁਣਾ ਰਹੇ ਸੀ, ਸੀਪੀ ਨੇ ਸਾਹਿਬ ਨੇ ਵੀ ਕਿਹਾ ਕਿ ਅਸੀਂ ਵੀ ਉਹ ਸੁਣੀ ਆ, ਉਹ ਕਦੋਂ ਦੀ ਗੱਲ ਆ ਜਦੋਂ ਧਮਕੀ ਦੇ ਰਹੇ ਸੀ ਅਸੀਂ ਗੋਲੀਆਂ ਮਾਰਾਂਗੇ? ਹੁਣੇ 3-4 ਮਹੀਨੇ ਹੋ ਗਏ, ਮੁੰਡੇ ਨੇ ਮੈਨੂੰ ਨਹੀਂ ਦੱਸਿਆ, ਮੈਨੂੰ ਜਦੋਂ ਕੱਲ ਪਤਾ ਲੱਗਾ, ਮੈਨੂੰ ਹੋਰ ਮੁੰਡਿਆਂ ਨੇ ਦੱਸਿਆ, ਉਹਦੇ ਯਾਰ ਦੋਸਤਾਂ ਨੇ, ਕਿ ਇਹਨਾਂ ਨੂੰ ਵੀ ਆਂਟੀ ਤੁਹਾਨੂੰ ਨਹੀਂ ਦੱਸਿਆ ਰਿੰਕੂ ਨੇ, ਮੈਂ ਕਿਹਾ ਮੈਨੂੰ ਨਹੀਂ ਦੱਸਿਆ ਵੀ ਤੁਹਾਨੂੰ ਕੱਲ ਹੀ ਆ ਵੀ ਟੈਨਸ਼ਨ? ਹਾਂਜੀ, ਮੈਨੂੰ ਤਾਂ ਟੈਨਸ਼ਨ ਦੇ ਮਾਰੇ ਨਹੀਂ ਦੱਸਿਆ, ਨਹੀਂ ਤਾਂ ਇਹਨਾਂ ਦਾ ਪ੍ਰਬੰਧ ਪਹਿਲਾਂ ਹੀ ਕਰਦੇ ਅਸੀਂ ਕੋਈ, ਅਸੀਂ ਵੀ ਪਰਚਾ ਪੁਰਚਾ ਕਰਾਉਂਦੇ ਇਹਨਾਂ 'ਤੇ ਵੀ ਸਾਨੂੰ ਇਵੇਂ ਧਮਕੀਆਂ ਹੁੰਦੀਆਂ ਨੇ। ਪੁਲਿਸ ਦਾ ਕਹਿਣਾ ਕਿ ਜਿਹੜੇ ਅਮਰੀਕਾ 'ਚ ਬੈਠੇ ਨੇ 3 ਲੋਕ, ਉਹਨਾਂ ਨੇ ਬਹਿ ਕੇ ਸਾਰੀ ਸਾਜਿਸ਼ ਰਚੀ, ਔਰ ਇੱਕ ਤਰਨ ਤਾਰਨ ਦਾ ਮੁੰਡਾ, ਦੋਵੇਂ ਬਹੁਤ ਖਰਾਬ ਨੇ, ਸਾਲਾ ਵੀ ਅਤੇ ਸਾਂਡੂ ਵੀ, ਤੀਜਾ ਮੁੰਡਾ ਪਤਾ ਨਹੀਂ ਕਿੱਥੇ ਦਾ ਏ, ਉਹਦੀ ਸਾਰੀ ਗੱਲਬਾਤ ਉਹਨੇ ਅੱਗੋਂ ਕਰਵਾਏ ਨੇ ਬੰਦੇ। ਜਿੱਦਾਂ ਕੱਲ੍ਹ ਸਾਰਾ ਕੁਝ ਹੋਇਆ, ਤੁਹਾਨੂੰ ਵੀ ਕਿਤੇ ਨਾ ਕਿਤੇ ਜਾਣ ਦਾ ਖਤਰਾ? ਜਾਣ ਦਾ ਖਤਰਾ ਤਾਂ ਹੈ ਹੀ, ਕੀ ਪਤਾ ਕਿਸੇ ਵੇਲੇ ਵੀ ਆ ਸਕਦੇ ਨੇ। ਮੇਰੇ ਨਿੱਕੇ ਨਿੱਕੇ ਬੱਚੇ ਨੇ ਵਿਚਾਰੇ, ਐਡੇ ਐਡੇ ਵੇਖਿਆ, ਮੇਰਾ ਪੋਤਰਾ ਜਿਹੜਾ ਹੱਥ ਜੋੜਦਾ ਰਿਹਾ ਕੱਲ, ਬੱਚੇ ਲੈ ਕੇ ਬੜਾ, ਸਾਰੇ ਲੋਕ ਉਹਦੀ ਚਰਚਾ ਕਰ ਰਹੇ ਕਿ ਛੋਟਾ ਬੱਚਾ ਵਿਚਾਰਾ, ਉਹ ਵਿਚਾਰਾ ਕਿਵੇਂ ਹੱਥ ਜੋੜਦਾ। ਸਾਨੂੰ ਉਹਨਾਂ ਦਾ ਵੀ ਖਤਰਾ ਹੈ, ਕਿਸੇ ਟਾਈਮ ਮਤਲਬ ਬੱਚੇ ਸਕੂਲੋਂ ਆਉਂਦੇ ਨੇ, ਕੁਛ ਚੁੱਕ ਕੇ ਲਿਜਾ ਸਕਦੇ ਨੇ, ਜਾਂ ਉਹਨਾਂ ਨੂੰ ਮਾਰ ਸਕਦੇ ਨੇ ਬੱਸ ਤੋਂ ਉਤਰਦੇ ਟਾਈਮ। ਅੱਜ ਜਦੋਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਸਹੁਰਾ ਪਹਿਲੇ ਆ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕੱਲ੍ਹ ਉਹ ਮੀਡੀਆ ਦੇ ਵਿੱਚ ਬਿਆਨ ਦੇ ਰਹੇ ਆ ਕਿ ਮੈਂ ਤਾਂ ਬੜਾ ਖੁਸ਼ ਹਾਂ ਕਿ ਮੇਰੇ ਬੱਚਿਆਂ ਦੇ ਕੋਲ ਸੁਖਚੈਨ ਰਹਿ ਰਿਹਾ, ਕਿ ਮੈਂ ਤਾਂ ਕਹਿੰਦੇ ਇੱਥੇ ਬੈਠੇ ਸਾਨੂੰ ਤਾਂ ਪਤਾ ਹੀ ਕੁਛ। ਉਹਨਾਂ ਨੂੰ ਸਭ ਪਤਾ, ਉਹਨਾਂ ਨੂੰ ਜਾਣ ਕੇ ਕਰਦੇ ਨੇ, ਉਹ ਜਾਣ ਕੇ ਕਰਦੇ ਨੇ ਉਹ। ਹੁਣ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਵਾਲੇ ਕਿ ਜਿਹੜੇ ਗੋਲੀਆਂ ਚਲਾਉਣ ਵਾਲੇ ਹਲੇ ਫੜੇ ਨਹੀਂ? ਹਾਂਜੀ, ਉਹ ਨਹੀਂ ਫੜੇ ਗਏ ਨਾ, ਗੋਲੀਆਂ ਚਲਾਉਣ ਵਾਲੇ ਜਿਨ੍ਹਾਂ ਨੇ ਸਾਜਿਸ਼ ਰਚੀ ਆ ਉਹ ਫੜੇ ਆ, ਜਿਹੜੇ ਗੋਲੀ ਚਲਾਉਣ ਆਏ ਸੀ ਉਹ ਨਹੀਂ ਹਲੇ ਫੜੇ ਗਏ, ਉਹ ਕਿਉਂ ਨਹੀਂ ਫੜੇ? ਪੁਲਿਸ ਕਹਿੰਦੀ ਕਿ ਅਸੀਂ ਉਹਨਾਂ ਤੱਕ ਵੀ ਪਹੁੰਚੇ, ਉਹਨਾਂ ਦੀ ਪਛਾਣ ਹੋ ਚੁੱਕੀ। ਨਹੀਂ, ਹੋਟਲ 'ਚ ਨਹੀਂ, ਉਹ ਹੋਟਲ 'ਚ ਸੀ, 3 ਦਿਨ ਹੋਟਲ 'ਚ ਰਹੇ, ਫਿਰ ਫੜੇ ਕਿਉਂ ਨਹੀਂ ਪੁਲਿਸ ਵਾਲਿਆਂ ਨੇ ਉਹ? ਜਿਹੜਾ ਹੋਟਲ ਦਾ ਮੈਨੇਜਰ ਤੇ ਹੋਟਲ ਦਾ ਮਾਲਕ ਉਹਨੂੰ ਫੜਿਆ? ਹਾਂਜੀ, ਤੇ ਉਹ ਉਹਨਾਂ ਨੂੰ ਵੀ ਫੜਨ, ਸਾਨੂੰ ਤੇ ਫੇਰ ਹੀ ਸ਼ਾਂਤੀ ਹੋਏਗੀ ਕਿ ਜਦੋਂ ਉਹਨਾਂ ਨੂੰ ਫੜੇ ਜਾਣਗੇ, ਸਾਡੇ ਸਾਹਮਣੇ ਆਣਗੇ ਵੀ ਫੜੇ ਗਏ ਨੇ, ਉਹਨਾਂ ਨੂੰ ਵੀ ਕੋਈ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।